ਇਹ 2000 ਦੇ ਵਿੱਚ ਇਹ ਡਿਮਾਂਡ ਉੱਠਦੀ ਹੈ। ਜੀ। ਡਿਮਾਂਡ ਚੱਲਦੀ ਹੈ ਅੱਗੇ। 2008 ਦੇ ਵਿੱਚ ਆ ਕੇ ਉਹ ਡਿਮਾਂਡ ਕਰਨ ਵਾਲੇ ਸਿੱਖ ਇੱਕ ਇਹਨਾਂ ਨੂੰ ਸੁਝਾ ਦਿੰਦੇ ਨੇ। ਇੱਕ ਫਾਰਮੂਲਾ ਦਿੰਦੇ ਨੇ ਕਿ ਭਈ ਤੁਸੀਂ ਸਾਡੀ ਸਬ ਕਮੇਟੀ ਵੱਖਰੀ ਬਣਾ ਕੇ ਹਰਿਆਣੇ ਦਾ ਬਜਟ ਵੱਖਰਾ ਕਰ ਦਿਓ। ਉਹ ਕਮੇਟੀ ਆਪਣੇ ਧਾਰਮਿਕ ਜਾਂ ਆਪਣੇ ਰਾਜਨੀਤਿਕ ਫੈਸਲੇ ਲੈ ਲਈ ਸਮਰਾਥੋ ਵੀ ਉਹਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਦਖਲਅੰਦਾਜ਼ੀ ਨਾ ਕਰੇ। ਬਿਲਕੁਲ। ਜੇ ਤੁਸੀਂ 2008 ਦੇ ਵਿੱਚ ਇਹ ਕੀਤਾ ਹੁੰਦਾ ਤਾਂ ਤੁਹਾਨੂੰ ਇਹ ਦਿਨ ਨਾ ਦੇਖਣੇ ਪੈਂਦੇ। ਜੀ। ਅੱਛਾ ਤੁਸੀਂ ਉਹ ਵੀ ਅੰਗੋਲਿਆ ਕਰਤੀ। 2014 ਦੇ ਵਿੱਚ ਆ ਕੇ ਉਹਨਾਂ ਨੂੰ ਕਾਨੂੰਨੀ ਮਾਨਤਾ ਜਿਹੜੀ ਹੈਗੀ ਉੱਥੇ ਦੀ ਸਰਕਾਰ ਨੇ ਦੇਤੀ। 2014 ਤੋਂ 2020 ਤੱਕ ਤੁਸੀਂ ਕੇਂਦਰ ਦੇ ਵਿੱਚ ਭਾਈਵਲ ਰਹੇ। ਸੱਤਾ ਦੇ ਵਿੱਚ। ਜੀ। ਜਦੋਂ ਸੁਪਰੀਮ ਕੋਰਟ ਨੇ ਸਟੇ ਕਰ ਦਿੱਤਾ ਸੀ ਇਹ ਤੇ ਅਣਜਾਣ ਤੇ ਅਣਜਾਣ ਵਿਅਕਤੀ ਨੂੰ ਵੀ ਸਮਝ ਆਉਂਦੀ ਹੈ ਕਿ ਸੁਪਰੀਮ ਕੋਰਟ ਦੀ ਜਿਹੜੀ ਸਟੇ ਸੀ ਉਹ ਕੋਈ ਸ਼੍ਰੋਮਣੀ ਕਮੇਟੀ ਦੇ ਫੇਵਰ ਦੇ ਵਿੱਚ ਨਹੀਂ ਸੀ ਉਹਦਾ ਜਦੋਂ ਸੁਪਰੀਮ ਕੋਰਟ ਨੇ ਕਰਤਾ ਵੀ ਜਿੰਨੇ ਗੁਰਦੁਆਰੇ ਹਰਿਆਣਾ ਕਮੇਟੀ ਕੋਲ ਨੇ ਉਹਨਾਂ ਕੋ ਰਹਿਣਗੇ ਜਿੰਨੇ ਕਮੇਟੀ ਸ਼੍ਰੋਮਣੀ ਕਮੇਟੀ ਕੋਲ ਨੇ ਸ਼੍ਰੋਮਣੀ ਕਮੇਟੀ ਕੋ ਕਰਾਂਗੇ ਇਹ ਅੱਧੀ ਮਾਨਤਾ ਤਾਂ ਉਸ ਸਟੇ ਸਕੋ ਦੇ ਵਿੱਚ ਹੀ ਹੋ ਗਈ ਸੀ ਜਿਹੜੀ ਪਾਈ ਰਟ ਤੁਸੀਂ ਤੁਹਾਡੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਜੀ ਜਿਹੜੀ ਰਿਟ ਵੀ ਤੁਸੀਂ ਪਵਾਈ ਉਹਦਾ ਫੈਸਲਾ ਇਹ ਸੀ ਲਗਭਾਗ ਇਹ ਪਤਾ ਸੀ ਕਿ ਇਹ ਹੁਣ ਕੰਮ ਹੋਊ ਗਈ ਹੋਊਗਾ ਤੁਸੀਂ ਦੋ ਪੱਖ ਨੇ ਉਹਦੇ ਜੀ ਜਦੋਂ ਤੁਹਾਨੂੰ ਇਹ ਪਤਾ ਸੀ ਵੀ ਸਟੇਟਸ ਕੋ ਜਿਹੜੀ ਆ ਉਹ ਅੱਧੀ ਹਰਿਆਣਾ ਦੇ ਹੱਕ ਵਿੱਚ ਬੋਲ ਰਹੀ ਹੈ ਇਹ ਕਿਸੇ ਵੀ ਟਾਈਮ ਕਮੇਟੀ ਜਾ ਸਕਦੀ ਹੈ ਸਰਕਾਰਾਂ ਨਾਲ ਤੁਹਾਡੀ ਹੁਣ ਦੂਸਰੀ ਗੱਲ ਇਹ ਆ ਵੀ 20 ਤੱਕ ਤੁਸੀਂ ਭਾਜਪਾ ਨਾਲ ਰਹੇ ਤੁਸੀਂ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹ ਰੱਦ ਕਿਉਂ ਨਾ ਕਰਵਾਇਆ ਜੇ ਭਾਜਪਾ ਨੂੰ ਤੁਸੀਂ ਕਿਹਾ ਉਹਨਾਂ ਨੇ ਤੁਹਾਡੀ ਮੰਨੀ ਨਹੀਂ ਫਿਰ ਤੁਸੀਂ ਨਾਲ ਕਿਉਂ ਰਹੇ ਖੋੜਾ ਨਾਰਨ ਦਾ ਕੀ ਮਤਲਬ ਸੀ ਹੂੰ ਤੋ ਇਸ ਲਈ ਇਹ ਜਿਹੜੇ 67 ਦੀ ਵੀ ਜਿਹੜੀ ਗਲਤੀ ਹੋਈ ਮੈਂ ਮੈਂ ਤਾਂ ਇਹ ਸਮਝਦਾ ਕਿ ਕਿਉਂ ਉਸ ਵਕਤ ਇਹ ਕਾਲੀ ਲੀਡਰਸ਼ਿਪ ਬਰਦਾਸ਼ਤ ਕਰ ਗਈ ਕਿ ਸਾਡੇ ਗੁਰਤਾਮ ਪਹਿਲਾਂ ਅਸੀਂ ਪਾਕਿਸਤਾਨ ਤੋਂ ਵਿਛੋੜੇ ਗਏ ਜੀ ਤੇ ਹੁਣ ਸਾਡੇ ਗੁਰੂ ਘਰ ਜਿਹੜੇ ਨੇ ਹਰਿਆਣਾ ਦੇ ਵਿੱਚ ਵੱਖਰੇ ਰਹਿ ਗਏ ਉਹਨਾਂ ਵਾਸਤੇ ਸੀ ਕਿ ਉਹਨਾਂ ਲੜ ਮਰੇ ਤੋ ਇਹ ਸਾਰਾ ਕੁਝ ਲੈ ਦੇ ਕੇ ਇਹ ਆ ਕੀ ਗਲਤੀਆਂ ਆਪਣੀਆਂ ਤੇ ਹੁਣ ਨਤੀਜੇ ਵੀ ਭੁਗਤ ਰਹੇ ਨੇ ਤੇ ਭੁਗਤਣੇ ਪੈਣੇ ਨੇ ਇਸ ਲਈ ਮੈਂ ਮੈਂ ਇਹਦੇ ਤੇ ਇਹ ਮੈਨੂੰ ਲੱਗ ਰਿਹਾ ਹੈ ਕਿ ਇਹਦੇ ਵਿੱਚ ਦੋਸ਼ ਲੀਡਰਸ਼ਿਪ ਦਾ ਜੀ ਤੁਸੀਂ ਦੋ ਪੱਖ ਨੇ ਉਹਦੇ ਜੀ ਜਦੋਂ ਤੁਹਾਨੂੰ ਇਹ ਪਤਾ ਸੀ ਵੀ ਸਟੇਟਸ ਕੋ ਜਿਹੜੀ ਆ ਉਹ ਅੱਧੀ ਹਰਿਆਣਾ ਦੇ ਹੱਕ ਵਿੱਚ ਬੋਲ ਰਹੀ ਹੈ ਇਹ ਕਿਸੇ ਵੀ ਟਾਈਮ ਕਮੇਟੀ ਜਾ ਸਕਦੀ ਹੈ ਸਰਕਾਰਾਂ ਨਾਲ ਤੁਹਾਡੀ ਹੁਣ ਦੂਸਰੀ ਗੱਲ ਇਹ ਆ ਵੀ 20 ਤੱਕ ਤੁਸੀਂ ਭਾਜਪਾ ਨਾਲ ਰਹੇ ਤੁਸੀਂ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹ ਰੱਦ ਕਿਉਂ ਨਾ ਕਰਵਾਇਆ ਜੇ ਭਾਜਪਾ ਨੂੰ ਤੁਸੀਂ ਕਿਹਾ ਉਹਨਾਂ ਨੇ ਥੋੜੀ ਮੰਨੀ ਨਹੀਂ ਫਿਰ ਤੁਸੀਂ ਨਾਲ ਕਿਉਂ ਰਹੇ ਤੁਹਾਡਾ ਨਾਲ ਰਹਿਣ ਦਾ ਕੀ ਮਤਲਬ ਸੀ ਤਾਂ ਇਸ ਲਈ ਇਹ ਜਿਹੜੇ 67 ਦੀ ਵੀ ਜਿਹੜੀ ਗਲਤੀ ਹੋਈ ਮੈਂ ਮੈਂ ਤਾਂ ਇਹ ਸਮਝਦਾ ਕਿ ਕਿਉਂ ਉਸ ਵਕਤ 에ਕਾਲੀ ਲੀਡਰਸ਼ਿਪ ਬਰਦਾਸ਼ਤ ਕਰ ਗਈ ਕਿ ਸਾਡੇ ਗੁਰਤਾਮੂ ਪਹਿਲਾਂ ਅਸੀਂ ਪਾਕਿਸਤਾਨ ਤੋਂ ਵਿਛੋੜੇ ਗਏ ਤੇ ਹੁਣ ਸਾਡੇ ਗੁਰੂ ਘਰ ਜਣੇ ਨੇ ਹਰਿਆਣਾ ਦੇ ਵਿੱਚ ਵੱਖਰੇ ਰਹਿ ਗਏ ਉਹਨਾਂ ਵਾਸਤੇ ਸੀ ਕਿ ਉਹਨਾਂ ਲੜ ਮਰੇ ਤਾਂ ਇਹ ਸਾਰਾ ਕੁਝ ਲੈ ਦੇ ਕੇ ਇਹ ਆ ਕੀ ਗਲਤੀਆਂ ਆਪਣੀਆਂ ਤੇ ਹੁਣ ਨਤੀਜੇ ਵੀ ਭੁਗਤ ਰਹੇ ਨੇ ਤੇ ਭੁਗਤਣੇ ਪੈਣੇ ਨੇ ਇਸ ਲਈ ਮੈਂ ਮੈਂ ਇਹਦੇ ਤੇ ਇਹ ਮੈਨੂੰ ਲੱਗ ਰਿਹਾ ਹੈ ਕਿ ਇਹਦੇ ਵਿੱਚ ਦੋਸ਼ ਲੀਡਰਸ਼ਿਪ ਦਾ ਜੀ